ਪੰਜਾਬ ਪੁਲਿਸ ਜਾਲੀ ਡੀਐਸਪੀ ਦੇ ਮਾਮਲੇ ਨੂੰ ਲੈ ਕੇ ਫਿਰ ਚਰਚਾ ਵਿੱਚ ਹੈ। ਜ਼ਿਲ੍ਹਾ ਰੂਪਨਗਰ ਪੁਲਿਸ ਨੇ ਕਿਹਾ ਕਿ ਉਹ ਇਸ ਜਾਲੀ ਡੀਐਸਪੀ ਨੂੰ ਸਰਕਾਰੀ ਗੈਨਮੈਨ ਦੇਣ ਅਤੇ ਹੋਰ ਜੁਰਮਾਂ ਦੀ ਪੜਤਾਲ ਕਰ ਰਹੀ ਹੈ। ਕਹਿੰਦੇ ਨੇ ਪਾਪ ਅਤੇ ਝੂਠ ਬਹੁਤ ਚਿਰ ਛੁਪੇ ਨਹੀਂ ਰਹਿੰਦੇ। ਜ਼ਿਲ੍ਹਾ ਰੂਪਨਗਰ ਦੇ ਇੱਕ ਡੀਐਸਪੀ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕਰਮੀ ਵੀ ਦਿੱਤੇ ਗਏ ਸਨ। ਉਸਨੇ ਪੰਜਾਬ ਪੁਲਿਸ ਦੀ ਇੱਕ ਮਹਿਲਾ ਅਧਿਕਾਰੀ ਨਾਲ ਵਿਆਹ ਵੀ ਕਰਵਾ ਲਿਆ, ਪਰ ਆਖਿਰ ਸਾਰਾ ਭੇਤ ਖੁੱਲ੍ਹ ਗਿਆ। ਇਹ ਡੀਐਸਪੀ ਜਾਲੀ ਨਿਕਲਿਆ ਅਤੇ ਹੁਣ ਤੱਕ ਜਿਹੜੇ ਪੁਲਿਸ ਮੁਲਾਜ਼ਮ ਉਸ ਨੂੰ ਸਲੂਟ ਮਾਰਦੇ ਸਨ, ਉਹੀ ਉਸ ਨੂੰ ਹੱਥਕੜੀ ਲਾ ਕੇ ਲਿਜਾ ਰਹੇ ਹੁੰਦੇ ਹਨ। ਪੁਲਿਸ ਜਾਂਚ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਾਲੀ ਡੀਐਸਪੀ ਨੂੰ ਸਰਕਾਰੀ ਗਨਮੈਨ ਮਿਲਣ ਅਤੇ ਹੋਰ ਕੀਤੇ ਸਾਰੇ ਜੁਰਮਾਂ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। 75 ਨੰਬਰ FIR ਹੈ ਸਿਟੀ ਰੋਪੜ ਦੀ, ਤੇ ਮੋਹਿਤ ਅਰੋੜਾ ਨਾਮ ਦਾ ਬੰਦਾ, ਅਲਾਇਸ ਬਿਕਰਮਜੀਤ ਸਿੰਘ ਮਾਨ। ਕੁਝ ਸਾਲਾਂ ਤੋਂ ਆਪਣੇ ਆਪ ਨੂੰ ਬਿਕਰਮਜੀਤ ਸਿੰਘ ਮਾਨ ਦੇ ਨਾਮ ਨਾਲ ਇਹਦੀ ਪਛਾਣ ਬਣੀ ਹੋਈ ਸੀਗੀ, ਤੇ ਲੋਕਾਂ ਨੂੰ ਕਹਿੰਦਾ ਸੀ ਕਿ ਮੈਂ DSP ਹੈਗਾ। ਹਾਲਾਂਕਿ ਇਹ ਨਾ DSP ਨਾ ਕੁਛ ਕੁਛ ਵੀ ਨਹੀਂ ਹੈਗਾ। ਆਪਣਾ ਪੁਲਿਸ ਸਰਕਲ ਵਿੱਚ ਵੀ ਆਪਣੇ ਉਹਨੂੰ ਪ੍ਰੋਬੇਸ਼ਨ DSP ਕਹਿ ਕੇ ਇਹਨੇ ਇੰਟਰੋਡਿਊਸ ਕਰਾਇਆ ਸੀ। ਤੇ ਕੀ ਹੁਣ ਇਹਦੇ ਤੇ ਕੇਸ ਰਜਿਸਟਰ ਕੀਤਾ ਹੈਗਾ? ਕੇਸ ਰਜਿਸਟਰ ਆਪਣਾ ਇੰਪਰਸੋਨੇਸ਼ਨ ਦਾ ਕੀਤਾ, ਤੇ ਨਾਲ 420 ਲਾਈ ਹੈ, ਤੇ ਅੱਗੇ ਇਨਵੈਸਟੀਗੇਸ਼ਨ ਇਜ਼ ਔਨ। ਤੇ ਅੱਗੇ ਅਸੀਂ ਐਂਗਲਸ ਦੇਖ ਰਹੇ ਹਾਂ ਕਿ ਹੋਰ ਕੌਣ ਕੌਣ ਬੰਦੇ ਇਹਦੇ ਨਾਲ ਇਨਵੋਲਵ ਸੀ। ਤੇ ਇਹ ਬਤੌਰ DSP ਬਣ ਕੇ ਇਹਨੇ ਕੀਤਾ ਕੀ ਹੈ ਸਰ? ਇਹਨੇ ਇੱਕ ਸਾਡੀ ਸਬ ਇੰਸਪੈਕਟਰ ਹੈਗੀ ਹੈ ਕੁੜੀ ਪ੍ਰੋਬੇਸ਼ਨਰ, ਉਹਦੇ ਨਾਲ ਇਹਨੇ ਵਿਆਹ ਕਰਾਇਆ ਉਹਨੂੰ ਝੂਠ ਬੋਲ ਕੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ।